पंज प्यारे साहिबान मूल मंत्र का अभ्यास करवाते हैं, फिर गुरमंत्र का अभ्यास करो। गुरमंत्र की वाहेगुरु नाम जहाज जहाज पहले शक्तियां आ रही छोटिया छोटिया। सतनाम श्री वाहिगुरु, सतनाम श्री वाहिगुरु। ਤੋਂ ਸਮਰੱਥ ਅਕਾਥਿਆ ਗੁਰਚਰ ਜੀਉ ਬਿਨਤੀ ਰਾਸ, ਰਹਿਣ ਦੇ ਸੁਖ ਪਾਇਆ ਸਦਾ ਨਾਨਕ ਦੀ ਅਰਦਾਸ। ਅਰਦਾਸ ਬੇਨਤੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰਸੰਤ ਭਗਤੀ ਜੀ ਕੀ ਬਾਦਸ਼ਾਹੀ ਦਸਾਂ ਜੀ। ਵਾਹਿਗੁਰੂ ਵਾਹਿਗੁਰੂ, ਜਿੰਨਾ ਸਿੰਘਾ ਸਿੰਘਣੀਆਂ ਧਰਮ ਦਿੱਤੇ ਬੰਦ ਬੰਦ ਕਟਵਾਏ, ਪੁੱਠੀਆਂ ਖਲਾ ਲੁਹਾਈਆਂ ਦਰਖਣੀਆਂ ਤੇ ਤੜੇ ਤਨ ਹਾਰਿਆਂ ਨਾ ਚੜਾਏ ਗਏ। ਗੁਰਦੁਆਰਿਆਂ ਦੀ ਸਿਵਾਰੀ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕਿਸਾਨ ਸਵਾਸਨ ਸੰਗਤ ਬਹਾਈ। ਉਹਦਾ ਵਿਛੜੀ ਹੋਈ ਦੂਨੋ ਆਪਣੇ ਚਰਨਾਂ ਕੇ ਨਿਵਾਸ ਬਖਸ਼ਿਸ਼ ਕਰਨਾ, ਵਿਸ਼ੇ ਪਰਿਵਾਰ ਨੂੰ ਭਾਣਾ ਮਨੰਦਾ ਭਗਵਤੀ ਬਖਸ਼ੀ ਕਰਨ ਸਤਿਗੁਰੂ ਸੁਖੇ ਪਾਤਸ਼ਾਹੀ। ਐਸ ਵੇਲੇ ਸਮਾਪਤੀ ਜੀ ਅਰਦਾਸ ਸੇਵਕ ਕਰਵਾ ਲਓ, ਆਪ ਜੀ ਦੇ ਨਾਲ ਪਵਿੱਤਰ ਚਰਨਾ ਕਮਲਾਂ ਕੇ ਪੰਚਮ ਅੰਮ੍ਰਿਤ ਹੈ। ਕੜਾ ਪ੍ਰਸ਼ਾਦ ਜੀ ਗੁਰੂ ਬਹਾਦੁਰ ਆਪ ਜੀ ਦਾ ਪ੍ਰਵਾਨ ਹੈ। ਪ੍ਰਵਾਨ ਹੋਇਆ ਪ੍ਰਸ਼ਾਦ ਬਾਣੇ ਸਰਬਤ ਦਾ ਪਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁਖ ਦਾਤਾ ਹਰਿ ਜਾਂ ਕੇ ਵਾਸ ਹੈ ਕਾਮ ਦੇਣਾ, ਸੋ ਐਸਾ ਹਰਿ ਧਿਆਈਏ ਮੇਰੇ ਜੀਵਨ ਤਾਂ ਸਰਬ ਸੁਖ ਪਾਵੇ ਮੇਰੇ ਮਨ। ਇੱਛਾ ਪੂਰਕ ਸਰਬ ਸੁਖ ਦਾ ਜਾਪ ਹਰ ਭਵ ਜਲ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਯੋਗ ਮਾਤਾ ਸਵਰਗ ਵਾਸੀ ਮਾਤਾ ਗੁਰਮੀਤ ਕੌਰ, ਧਰਮ ਸਪਤਨੀ ਸਵਰਗ ਵਾਸੀ ਸਰਦਾਰ ਕਾਰਜ ਸਿੰਘ, ਸਤਿਕਾਰਯੋਗ ਮਾਤਾ ਜੀ, ਸਾਡੇ ਸਤਿਕਾਰਯੋਗ ਸਰਪੰਚ ਸਰ ਨਿਰਮਾਣ ਭਾਈ ਰਾਮ ਸਿੰਘ ਜੀ, ਮਾਤਾ ਜੀ ਅਚਨ ਚੇਤ ਜੀ, ਸਮੇਂ ਦੇ ਨਾਲ ਪਰਿਵਾਰਾਂ 'ਚ ਵੰਡਣ ਕਰਕੇ ਅਸੀਂ ਵੀ ਉੱਥੋਂ ਥੋੜ੍ਹਾ ਜਿਹਾ ਅੰਮ੍ਰਿਤ ਉਪਰੋਂ ਹੋ ਗਏ ਔਰ ਥੋੜ੍ਹਾ ਜਿਹਾ ਵਿੱਚ ਪੈ ਗਈ, ਪਰ ਅੱਜ ਤੱਕ ਜੋ ਸਾਡੇ ਵੱਡਿਆਂ ਦਾ ਸਾਹ ਪਿਆਰ ਪੁਰਿਆ ਆਉਂਦਾ ਹੈ, ਉਸੇ ਹੀ ਤਰ੍ਹਾਂ ਅਸੀਂ ਉਦੋਂ ਵੀ ਵੱਧ ਇੱਕ ਦੂਜੇ ਨੂੰ ਮਿਲਦੇ ਜਲਦੇ ਹਾਂ, ਆਉਂਦੇ ਜਾਂਦੇ ਹਾਂ, ਦੁੱਖ ਸਾਥੀ ਹੁੰਦੇ ਹਾਂ, ਇਸ ਕਰਕੇ ਪੁਰਾਣੀਆਂ ਸਾਂਝਾਂ ਜਿਹੜੀਆਂ ਉਹ ਬਿਲਕੁਲ ਛੱਡਣੀਆਂ ਨਹੀਂ ਚਾਹੀਦੀਆਂ। ਇਹ ਪੀੜ ਦਰ ਪੀੜ ਤੁਰੀਆਂ ਹੀ ਜਾਣ ਤਾਂ ਬਹੁਤ ਵਧੀਆ ਹੁੰਦਾ ਹੈ, ਨਵੇਂ ਯਾਰ ਥੋੜ੍ਹੇ ਦਿਨ ਹੀ ਰਹਿੰਦੇ ਆ, ਪੁਰਾਣੇ ਜਿਹੜੇ ਸੱਜਣ ਮਿੱਤਰ ਰਿਸ਼ਤੇਦਾਰ ਪੁਰਾਣੀਆਂ ਸਾਂਝਾਂ ਨੇ ਅਤੇ ਬੜਾ ਲੰਬਾ ਸਮਾਂ ਨਿਕਲ ਜਾਂਦੀਆਂ ਨੇ। ਦੁਨੀਆਂ ਦੇ ਉੱਤੇ ਬੜੇ ਰਿਸ਼ਤੇ ਨੇ, ਹਰ ਰਿਸ਼ਤਾ ਹੀ ਬੜਾ ਅਹਿਮ ਹੈ, ਪਰ ਜੇ ਦੁਨੀਆਂ ਦੇ ਸਭ ਤੋਂ ਉੱਤਮ ਅਤੇ ਪਵਿੱਤਰ ਰਿਸ਼ਤੇ ਦੀ ਗੱਲ ਕਰਨੀ ਹੋਵੇ, ਉਹ ਮਾਂ ਦਾ ਰਿਸ਼ਤਾ, ਔਰ ਉਹ ਮਾਂ ਜਿਹੜੀ ਹਮੇਸ਼ਾ ਹੀ ਆਪਣੇ ਤੋਂ ਵੱਧ ਆਪਣੇ ਬੱਚਿਆਂ ਦਾ ਭਲਾ ਮੰਗਦੀ ਹੈ, ਸੁੱਖ ਮੰਗਦੀ ਹੈ, ਖੁਸ਼ੀ ਮੰਗਦੀ ਹੈ, ਚੜ੍ਹਦੀ ਕਲਾ ਮੰਗਦੀ ਹੈ। ਰਹੇ ਰਾਮ ਸਰਨਾ,
ਸਾਨੂੰ ਵੀ ਆਪਣੇ ਚਰਨਾਂ ਨਾਲ ਜੁੜਨ, ਗੁਰੂ ਨਾਲ ਗੁਰੂ ਬਾਣੀ ਨਾਲ ਸਾਡੀ ਬਾਣਾ ਆ ਗਏ, ਸਾਨੂੰ ਸਮਝ ਲੱਗ ਗਏ ਸਰਪੰਚ ਕੀ ਸਮਝਾਉਂਦੇ ਹਨ, ਅਸੀਂ ਸਮਝ ਗਏ ਕਿ ਜੀਵਨ ਵਿੱਚ ਢਾਲ ਸਕੀਏ। ਸੋ ਇਹ ਅਰਦਾਸ ਵੀ ਆਪਣੇ ਸਰਪੰਚ ਦੇ ਚਰਨਾਂ ਵਿੱਚ ਕਰਦੇ ਹਾਂ ਜੀ। ਸੋ ਹੁਣ ਅਸੀਂ ਸੰਗੀਤ ਸੰਤ ਸਾਰੇ ਮਿਲ ਕਰਕੇ ਪੜ੍ਹਾਂਗੇ, ਉਪਰੰਤ ਸਮਾਪਨ ਕਰਾਂਗੇ। ਦੇਹੋ ਸਜਣ ਅਸੀਂ ਸੜਿਆ ਜੋ ਵੈ ਸਾਰੀ ਸੋ ਸਜਣ ਅਸੀਂ ਸੜਿਆ ਜੋ ਵੈ ਸਾਰੀ ਆਕਾਲ ਮੂਰਤ ਆਦਿ
ਸਾਧ ਸੱਚ ਹੈ ਸੱਚ ਨਾਨਕ ਉਸੇ ਕੀ ਸੱਚ ਸਮੇਂ ਅਨੁਸਾਰ
ਬਾਕੀ ਸਭ ਜੀਵ ਸ੍ਰਿਸ਼ਟੀ ਉਹਨੇ ਭੁੱਲਣ ਵਿੱਚ ਬਣਾਈ। ਸਾਰੇ ਭੁੱਲਦੇ ਨੇ, ਜੇ ਕੋਈ ਨਾ ਭੁੱਲੇ ਤੇ ਉਹ ਰੱਬ ਬਣ ਜਾਂਦਾ, ਪਰਮਾਤਮਾ ਬਣ ਜਾਂਦਾ। ਇਸ ਵਾਸਤੇ ਸਤਿਗੁਰੂ ਮਹਾਰਾਜ ਦਾ ਫਰਮਾਨ ਲੇਖੇ ਕਦੇ ਨਾ ਛੁੱਟੀ ਹੈ। ਕਦੇ ਵੀ ਇਹ ਪ੍ਰਾਣੀ ਲੇਖੇ ਦਾ ਹਿਸਾਬ ਕਿਤਾਬ ਹੋਣ ਲੱਗ ਜਾਏ ਛੁੱਟ ਨਹੀਂ ਸਕਦਾ, ਛੁੱਟੇਗਾ ਨਹੀਂ। ਜੇ ਆਪਾਂ ਕਹਿ ਦਈਏ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਸਿੱਖ ਉਹਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਂਦੀ, ਉਹ ਸੱਚਖੰਡ ਪਹੁੰਚ ਜਾਂਦਾ। ਅੰਮ੍ਰਿਤਧਾਰੀ ਸੀ, ਬਾਣੀ ਪੜ੍ਹਦਾ ਸੀ, ਜ਼ਰੂਰ ਸੱਚਖੰਡ ਗਿਆ ਹੋਇਆ। ਪਰ ਜੇ ਬਰੀਕੀ ਨਾਲ ਦੇਖਿਆ ਜਾਏ ਸਿੱਖੀ ਮਹਾਰਾਜ ਦੀ ਹੈ ਹੀ ਬਹੁਤ ਦੂਰ। ਮਹਾਰਾਜ ਫਰਮਾਉਂਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾ। ਏਤ ਮਾਰਗ, ਇਹ ਮਾਰਗ ਹੈ ਗੁਰੂ ਕੀ ਸਿੱਖੀ ਦਾ। ਬੜੀ ਬਰੀਕ ਸਿੱਖੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਦੋ ਸਿੱਖ ਆਏ, ਆ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ, ਸਾਨੂੰ ਆਪਣੀ ਸਿੱਖੀ ਬਖਸ਼ੋ। ਯਾਦ ਰੱਖਿਓ ਸਿੱਖ ਹੋਰ ਚੀਜ਼ ਹੈ, ਸਿੱਖੀ ਹੋਰ ਚੀਜ਼ ਹੈ। ਜੇ ਐ ਕਹਿ ਲਈਏ ਸਿੱਖ ਬੀਜ ਹੈ, ਸਿੱਖੀ ਫਲ ਹੈ। ਜੇ ਉਹਨੂੰ ਬੀਜ ਨੂੰ ਫਲ ਕਹਿ ਲਈਏ ਇਹ ਗੱਲ ਠੀਕ ਨਹੀਂ ਹੋਏ। ਇਸ ਵਾਸਤੇ ਸਿੱਖ ਇਕੱਲਾ ਸਿੱਖਣ ਵਾਲਾ ਬੀਜ ਹੈ, ਖੇਤੀ ਵਿੱਚ ਬੀਜ ਪਾਇਆ, ਉਹਨੇ ਉੱਗਣਾ, ਉਹਦੀ ਸੇਵਾ ਸੰਭਾਲ ਕਰਨੀ ਪੈਣੀ, ਮੌਸਮਾਂ ਤੋਂ ਝੱਖੜ ਝੋਲਿਆਂ ਤੋਂ ਬਚ ਕੇ ਜੇ ਉਹ ਫਸਲ ਆਪਣੀ ਪੱਕਣ ਦੀ ਅਵਸਥਾ ਵਿੱਚ ਪਹੁੰਚ ਗਈ ਤਾਂ ਉਹ ਤੋਂ ਲਾਭ ਹੋਏਗਾ। ਕਈ ਵਾਰ ਪਹਿਲਾਂ ਰਸਤੇ ਵਿੱਚ ਹੀ ਖਤਮ ਹੋ ਜਾਂਦਾ। ਜਿਵੇਂ ਮਹਾਰਾਜ ਨੇ ਫਰਮਾਇਆ ਇਹ ਸਾਡੀ ਜ਼ਿੰਦਗੀ ਇੱਕ ਫਸਲ ਹੈ, ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਵਾਢ ਕਰਾ। ਕਿਸਾਨ ਨੇ ਫਸਲ ਬੀਜੀ, ਜਿਸ ਟਾਈਮ 'ਤੇ ਉਹਦੀ ਮਰਜ਼ੀ ਹੋਈ ਉਹਦੀ ਵੱਢ ਲਈ, ਉਹਦੇ ਵਿੱਚ ਗਵਾਂਢੀ ਕੁਝ ਨਹੀਂ ਕਹਿ ਸਕਦਾ। ਭਾਈ ਤੋਂ ਆਪਣੀ ਫਸਲ ਕੱਟੀ ਵੱਢੀ ਜਾਂਦਾ, ਇਹਨੂੰ ਪਕਾਉਂਦਾ ਕਿਉਂ ਨਹੀਂ, ਮਰਜ਼ੀ ਕਿਸਾਨ ਦੀ ਜਿਹਨੇ ਬੀਜਿਆ। ਇਸ ਵਾਸਤੇ ਪਰਮਾਤਮਾ ਨੇ ਇਹ ਜੋ ਦੁਨੀਆ ਉਹਦੀ ਇੱਕ ਖੇਤੀ ਹੈ, ਆਪਾਂ ਸਾਰੇ ਜੀਵ ਜੰਤੂ ਦੀ ਖੇਤੀ, ਨਹਿ ਬਾਲਕ ਨਹਿ ਜੋਬਣੇ ਨਹਿ ਬਿਰਦੀ ਕਸ਼ਬੰਧ, ਉਹ ਵੇਲਾ ਨਹੀਂ ਬੂਝੀਏ ਜੋ ਆਏ ਪਰੇ ਜਮ ਬੰਧ। ਚਾਹੇ ਉਹ ਬਾਲਕ ਅਵਸਥਾ ਵਿੱਚ ਲੈ ਜਾਏ, ਚਾਹੇ ਜੋਬਣ ਅਵਸਥਾ ਵਿੱਚ ਲੈ ਜਾਏ, ਚਾਹੇ ਬਿਰਧ ਅਵਸਥਾ ਵਿੱਚ ਲੈ ਜਾਏ, ਉਹਦੀ ਮਰਜ਼ੀ ਹੈ। ਕਿਆ ਵਿਸਵਾਸਾ ਇਸ ਭਾਂਡੇ ਕਾ ਕਿਤਨਕ ਲਾਗੇ ਠਿਣਕਾ। ਭਾਂਡਾ ਗੱਜਾ ਹੱਥ ਵਿੱਚ ਫੜਿਆ ਤੁਰੇ ਜਾਂਦੇ, ਖੇਡਾ ਲਾਗਿਆ ਡਿੱਗ ਕੇ ਟੁੱਟ ਸਕਦਾ। ਮਹਾਰਾਜ ਕਹਿੰਦੇ ਕੱਚਾ ਭਾਂਡਾ ਸਰੀਰ, ਇਹਦਾ ਭਰੋਸਾ ਕੋਈ ਨਹੀਂ ਹੈ। ਮੈਂ ਉੱਥੇ ਵਿਚਾਰ ਕਰ ਰਿਹਾ ਸੀ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਭਾਈ ਸਿੱਖੋ, ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਸਿੱਖ ਦੀ ਸੰਗਤ ਕਰਨੀ ਪੈਂਦੀ ਜਿਹਦੇ ਕੋਲ ਸਿੱਖੀ ਹੋਵੇ। ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਜਿਹੜਾ ਗੁਰਮੁਖ ਹੈ ਜਿਹਦੇ ਕੋਲ ਪਹਿਲਾਂ ਸਿੱਖੀ ਸਾਂਭੀ ਹੋਈ ਹੋਵੇ ਉਹਦੀ ਸੰਗਤ ਕਰਨੀ। ਮਹਾਰਾਜ ਸੰਗਤ ਕਰ ਲਾਂਗੇ ਫਿਰ ਅਸੀਂ ਸਿੱਖ ਬਣ ਗਏ, ਸਾਡੇ ਕੋਲ ਸਿੱਖੀ ਆ ਜਾਊ। ਮਹਾਰਾਜ ਕਹਿੰਦੇ ਅਜੇ ਨੇ ਸੱਚੇ ਪਾਤਸ਼ਾਹ, ਹੋਰ ਫਿਰ ਕੀ ਕਰਨਾ ਪੈਣਾ। ਮਹਾਰਾਜ ਕਹਿੰਦੇ ਖੰਡੇ ਬਾੜ ਦਾ ਅੰਮ੍ਰਿਤ, ਪੰਜਵੇਂ ਪਾਤਸ਼ਾਹ ਕਹਿੰਦੇ ਚਰਨ ਅੰਮ੍ਰਿਤ ਸੀ। ਭਾਈ ਗੁਰਦਾਸ ਜੀ ਕਹਿੰਦੇ ਚਰਨ ਅੰਮ੍ਰਿਤ ਲੈ ਸਿੱਖਾਂ ਪਿਲਾਇਆ, ਚਰਨ ਧੋ ਕੇ ਐਨ ਸਾਫ਼ ਕਰਕੇ ਤੌਲੀਏ ਦੇ ਨਾਲ
ਥੋੜ੍ਹਾ ਜਿਹਾ ਅੰਗੂਠਾ ਮਹਾਰਾਜ ਸ਼ਹਾਉਂਦੇ ਸਨ ਜਲ। ਇਹ ਨਹੀਂ ਸੀ ਵੀ ਗੰਦੇ ਘੱਟੇ ਵਾਲੇ ਮਿੱਟੀ ਵਾਲੇ ਚਰਨ ਧੋ ਕੇ ਸਿੱਖਾਂ ਨੂੰ ਪੈ ਜਾਂਦੇ। ਮਰਜ਼ਾਦਾ ਸੀ ਚਰਨ ਐਨ ਸਾਫ ਕਰਕੇ ਤੌਲੀਏ ਦੇ ਨਾਲ, ਫਿਰ ਮਾੜਾ ਜਿਹਾ ਅੰਗੂਠਾ ਸੁਹਾਇਆ ਜਾਂਦਾ ਸੀ ਜਲ ਵਿੱਚ, ਉਹਨੂੰ ਚਰਨ ਅੰਮ੍ਰਿਤ ਕਹਿੰਦੇ ਸੀ। ਉਹ ਸਿੱਖਾਂ ਨੂੰ ਪਿਆਇਆ ਜਾਂਦਾ। ਜਿਹੜਾ ਸਿੱਖ ਚਰਨ ਅੰਮ੍ਰਿਤ ਲੈਂਦਾ ਉਹਨੂੰ ਕਿਹਾ ਜਾਂਦਾ ਸੀ ਵੀ ਸਿੱਖੀ ਵਿੱਚ ਸ਼ਾਮਿਲ ਹੋਇਆ, ਜਾਣੇ ਸਕੂਲ ਵਿੱਚ ਦਾਖਲਾ ਲੈ ਲਿਆ। ਦਾਖਲਾ ਸਕੂਲ ਵਿੱਚ ਦਾਖਲਾ ਲੈਣ ਨੂੰ ਡਿਗਰੀ ਤਾਂ ਨਹੀਂ ਕਹਿੰਦੇ। ਮਿਹਨਤ ਕਰੇਗਾ, ਪਾਸ ਹੋਏਗਾ, ਸਹਿਜੇ ਸਹਿਜੇ ਕਲਾਸ ਵੱਧਦੀ ਜਾਏਗੀ, ਡਿਗਰੀਆਂ ਤੱਕ ਪਹੁੰਚੇਗਾ। ਪਰ ਜੇ ਕਿਸੇ ਨੇ ਦਾਖਲਾ ਲੈ ਲਿਆ ਹੋਵੇ, ਆਪ ਖੰਡੇ ਪਰ ਦਾ ਅੰਮ੍ਰਿਤ ਛਕ ਲਿਆ ਹੋਵੇ, ਉਹ ਕਹਿ ਦੇਵੇ ਮੈਂ ਸਿੱਖ ਬਣ ਗਿਆ, ਮੇਰੇ ਕੋਲ ਸਿੱਖੀ ਆ ਗਈ, ਤੇ ਇਹ ਗੱਲ ਗਲਤ ਹੋਏਗੀ। ਸਿੱਖੀ ਮਹਾਰਾਜ ਕਹਿੰਦੇ ਮਿਹਨਤ ਦਾ ਨਾਮ, ਮੁਸ਼ਕਤ ਦਾ ਨਾਮ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਮੁਸ਼ਕਤ ਘਾਲ ਕੇ ਪਤਾ ਲੱਗਣਾ। ਸਮੇਂ ਅਨੁਸਾਰ ਕਹਿੰਦੇ ਮਹਾਰਾਜ ਅਸੀਂ ਚਰਨ ਅੰਮ੍ਰਿਤ ਲੈ ਲੈਂਦੇ ਹਾਂ ਜੀ, ਸਾਨੂੰ ਚਰਨ ਅੰਮ੍ਰਿਤ ਦੇ ਦਿਓ। ਚਰਨ ਅੰਮ੍ਰਿਤ ਲੈ ਕੇ ਅਸੀਂ ਸਿੱਖ ਬਣ ਗਏ। ਮਹਾਰਾਜ ਕਹਿੰਦੇ ਅਜੇ ਨੇ। ਮਹਾਰਾਜ ਕੀ ਕਮੀ ਹੈ, ਕਮੀ ਕੀ? ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ, ਢਾਈ ਘੰਟੇ ਰੋਜ਼ ਦਸਵੰਧ ਕੱਢਣਾ ਸਵਾਸਾਂ ਦਾ, ਸਮੇਂ ਦਾ ਚੌਵੀਆਂ ਘੰਟਿਆਂ ਵਿੱਚੋਂ ਢਾਈ ਘੰਟੇ ਬਣਦੇ ਆ ਦਸਵੰਧ। ਢਾਈ ਘੰਟੇ ਨਾਮ ਬਾਣੀ ਦਾ ਅਭਿਆਸ ਕਰਨਾ, ਚਾਹੇ ਬਾਣੀ ਪੜ੍ਹੋ, ਨਿਤਨੇਮ ਕਰੋ, ਬਾਣੀ ਪੜ੍ਹਨੀ ਨਹੀਂ ਆਉਂਦੀ ਮੂਲ ਮੰਤਰ ਦਾ ਅਭਿਆਸ ਕਰੋ, ਮੂਲ ਮੰਤਰ ਵੀ ਨਹੀਂ ਆਉਂਦਾ ਵਾਹਿਗੁਰੂ ਮੰਤਰ, ਵਾਹਿਗੁਰੂ ਗੁਰ ਮੰਤਰ ਹੈ, ਸਾਡੇ ਗੁਰੂ ਦਾ ਮੰਤਰ ਹੈ ਗੁਰੂ ਗੁਰ ਮੰਤਰ। ਗੁਰ ਮੰਤਰ ਉਹ ਹੁੰਦਾ ਹੈ ਜਿਹੜਾ ਗੁਰੂ ਦੁਆਰਾ ਦਿੱਤਾ ਜਾਏ, ਜਿੱਦਾਂ ਗੁਰੂ ਸਿੱਖੀ ਦਿੰਦਾ ਹੈ, ਚਰਨ ਅੰਮ੍ਰਿਤ ਦਿੰਦਾ ਹੈ, ਖੰਡੇ ਪਾਠ ਦਾ ਅੰਮ੍ਰਿਤ ਦਿੰਦਾ ਹੈ, ਉਦੋਂ ਨਾਲ ਜਿਹੜਾ ਮੰਤਰ ਦਿੰਦਾ ਉਹਨੂੰ ਗੁਰ ਮੰਤਰ ਕਿਹਾ ਜਾਂਦਾ। ਪੰਜ ਪਿਆਰੇ ਸਾਹਿਬਾਨ ਮੂਲ ਮੰਤਰ ਦਾ ਅਭਿਆਸ ਕਰਵਾਉਂਦੇ ਹੈ, ਫਿਰ ਗੁਰ ਮੰਤਰ ਦਾ ਅਭਿਆਸ ਕਰਵਾਉਂਦੇ। ਗੁਰ ਮੰਤਰ ਕੀ? ਵਾਹਿਗੁਰੂ ਨਾਮ ਜਹਾਜ, ਜਹਾਜ ਪਹਿਲਾਂ ਹੀ ਸਦਕੀਆਂ ਆਉਂਦੀਆਂ ਰਹੀਆਂ ਛੋਟੀਆਂ ਛੋਟੀਆਂ, ਗੱਡੀ ਤੇ ਗੱਡੀ ਇਹਨਾਂ ਤਰ੍ਹਾਂ ਪਕਾ ਜਾਂਦੀਆਂ ਜੀ, ਕੋਲ ਆਉਣਗੇ ਇਸ ਤਰ੍ਹਾਂ ਲਾਲ ਬੱਤੀ ਆਏਗੀ, ਭੀੜ ਭੜਕ ਆਏਗਾ, ਰੁਕ ਸਕਦਾ ਕੋਈ ਰਸਤੇ ਵਿੱਚ, ਸਮੁੰਦਰ ਆਉਣਗੇ ਪਹੁੰਚ ਨਹੀਂ ਸਕਦਾ, ਪਰ ਜਹਾਜ਼ ਨੂੰ ਨਾ ਕੋਈ ਟ੍ਰੈਫਿਕ ਨਾਲ ਵਾਸਤਾ ਹੁੰਦਾ, ਨਾ ਕਿਸੇ ਸਮੁੰਦਰ ਨਾਲ ਵਾਸਤਾ ਹੁੰਦਾ, ਉਹ ਜਦੋਂ ਉੱਡਿਆ ਉਹਨੇ ਆਪਣੀ ਮੰਜ਼ਿਲ 'ਤੇ ਪਹੁੰਚਣਾ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਿਹੜਾ ਵਾਹਿਗੁਰੂ ਦੇ ਨਾਲ ਜੁੜ ਗਿਆ, ਵਾਹਿਗੁਰੂ ਉਹਨੂੰ ਸੱਚਖੰਡ ਵਿੱਚ ਲੈ ਜਾਂਦਾ, ਸੱਚਖੰਡ ਵਿੱਚ ਵਾਹਿਗੁਰੂ ਨਾਮ ਜਹਾਜ਼ ਜਿਹੜਾ ਜੁੜ ਗਿਆ, ਜੁੜਨਾ ਪਏਗਾ। ਇੱਕ ਚੀਜ਼ ਹੋਰ, ਇਸ ਜਹਾਜ਼ ਦੀ ਟਿਕਟ ਵੀ ਹੈ, ਜਿਵੇਂ ਦੂਜੇ ਜਹਾਜ਼ਾਂ 'ਚ ਨਿਆਮੀ ਟਿਕਟ ਹੁੰਦੀ ਹੈ, ਬੱਸਾਂ ਦੀ ਟਿਕਟ ਹੁੰਦੀ ਹੈ, ਇਹਦੀ ਵੀ ਟਿਕਟ ਹੈ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਪਰ ਜੇ ਟਿਕਟ ਹੋਈ ਕੋਲ ਤੇਰੀ, ਜੇ ਟਿਕਟ ਨਾ ਹੋਵੇ ਮਸਲਾ ਰਸਤੇ ਹੀ ਤਾਰ ਦੇਗਾ, ਮੰਜ਼ਿਲ 'ਤੇ ਕਿਵੇਂ ਪਹੁੰਚਾਂਗੇ? ਟਿਕਟ ਕੋਲ ਹੋਈ, ਮਹਾਰਾਜ ਕਹਿੰਦੇ ਫਿਰ ਪਹੁੰਚੇਗਾ ਉਹ ਕੀ ਹੈ, ਜੋ ਸ਼ਰਧਾ ਕਰ ਸੇਨ ਦੇ, ਤੇਰੀ ਸ਼ਰਧਾ ਹੋਣੀ ਚਾਹੀਦੀ ਵਾਹਿਗੁਰੂ 'ਤੇ, ਆਪਣੇ ਗੁਰੂ 'ਤੇ ਭਰੋਸਾ ਹੋਣਾ ਚਾਹੀਦਾ। ਮਾਸਟਰ ਤਾਂ ਬੱਚੇ ਨੂੰ ਸਿੱਖਿਆ ਦੇ ਸਕਦਾ ਜੇ ਤੇਰੀ ਮਰਜ਼ੀ ਨਾ ਹੋਈ। ਕਬੀਰ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖੋ ਮੈਂ ਚੂਕ, ਜੇ ਸਿੱਖ ਵਿੱਚ ਕਮੀ ਹੈ, ਸਿੱਖ ਦੀ ਰਹਿਤ ਪਰ ਜ਼ਿਆਦਾ ਢਿੱਲੀ ਹੈ, ਹੁਣ ਗੁਰੂ ਤਾਂ ਪੂਰਾ ਹੀ ਹੈ, ਵਾਲੀਆਂ ਇੱਥੀਆਂ ਸਿੱਖਾਂ ਦੀਆਂ ਪਤਨੀਆਂ ਕਹਿੰਦੀਆਂ ਸਾਨੂੰ ਦਿਖਾਓ, ਜਿਸ ਟਾਈਮ 'ਤੇ ਦਿਖਾਏ ਗਏ ਫੁੱਲ
ਸਾਧ ਸੰਗਤ ਕਰਦੇ ਹੋਇਆਂ ਪੰਜਵੇਂ ਪਾਤਸ਼ਾਹ ਦੇ ਸੰਗਤ ਵਿੱਚ ਉਹਨਾਂ ਨੂੰ ਪਤਾ ਲੱਗਿਆ ਹੋਇਆ ਸੀ ਜਿਹੜਾ ਪੁਰਾਣੇ ਵਾਹਿਗੁਰੂ ਦਾ ਸੇਵਨ ਕਰਦਾ ਹੈ ਉਹਦੇ ਫੁੱਲਾਂ ਵਿੱਚੋਂ ਵੀ ਪਤਾ ਨਹੀਂ ਲੱਗਦਾ ਵੀ ਲੱਗਿਆ ਕਹਿੰਦੇ ਜੀ ਸਾਡਾ ਬਾਬਾ ਸੁਰਗਵਾਸ ਕਹਿੰਦੇ ਪਹਿਲਾਂ ਬਾਬਾ ਕਿਤੇ ਕਹਿੰਦੇ ਮਰ ਗਿਆ ਮਹਾਰਾਜ ਕਹਿੰਦੇ ਜਿਸਦਾ ਸਾਹਿਬ ਨੰਗਾ ਭੁੱਖਾ ਹੋਵੇ ਆਪ ਖੁਦ ਲਟੇਰਾ ਹੋਵੇ ਇਸਦਾ ਨਫ਼ਰ ਕਿੱਥੋਂ ਰੱਜ ਖਾਏ ਉਹਦੇ ਨਫ਼ਰ ਨੂੰ ਚੇਲੇ ਨੂੰ ਕੀ ਮਿਲੇ ਜੋ ਸਾਹਿਬ ਨੰਗਾ ਭੁੱਖਾ ਜਿਸਦਾ ਸਾਹਿਬ ਡਾਢਾ ਹੋਵੇ ਆਉਂਦਾ ਪ੍ਰਕਾਸ਼ ਆਉਂਦਾ ਉੱਥੇ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਦਮਦਮੇ ਤਲਸਾਲ ਬੀਬੀਆਂ ਤੋਂ ਫੁੱਲ ਲੈ ਕੇ ਉੱਤੇ ਚਿੱਟਾ ਚਾਦਰਾ ਪਾ ਦਿਓ ਪਰਿਕਰਮਾ ਵਿੱਚ ਫੁੱਲ ਵਿਛਾਏ ਗਏ ਉੱਤੇ ਚਿੱਟੇ ਚਾਦਰੇ ਪਾਏ ਗਏ ਸਰੋਵਰ ਚੋਂ ਜਲ ਲੈ ਕੇ ਮਹਾਰਾਜ ਨੇ ਛੱਟਾ ਮਾਰ ਕੇ ਸਤਨਾਮ ਸ੍ਰੀ ਵਾਹਿਗੁਰੂ ਆਖੇ ਦੋਨੇ ਸਿੱਖਾਂ ਦੀਆਂ ਰੂਹਾਂ ਸਰੋਵਰ ਵਿੱਚੋਂ ਮਾਰ ਸਕਦਾ ਤੇ ਜਵਾਲ ਵੀ ਸਕਦਾ ਮਾਰਨਾ ਕੁਝ ਹੋਰ ਗੱਲ ਹੈ ਜਿਉਣਾ ਕੁਝ ਹੋਰ ਗੱਲ ਹੈ ਗੁਰੂ ਮੇਰਾ ਤਾਂ ਇੰਨਾ ਸਮਰੱਥ ਹੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਸਾਹ ਤੋਂ ਬਗੈਰ ਤਾਂ ਕੋਈ ਚੀਜ਼ ਜਿੰਦਾ ਰਹਿੰਦੀ ਨਹੀਂ ਹੈ ਪਰ ਜੇ ਰੱਬ ਨੂੰ ਭਾਵੇ ਉਹ ਸਾਹ ਤੋਂ ਬਗੈਰ ਜਿੰਦਾ ਰੱਖ ਸਕਦਾ ਐਸੇ ਪੰਜਵੇਂ ਪਾਤਸ਼ਾਹ ਜਿਹਨੂੰ ਭੱਟਾ ਨੇ ਕਿਹਾ ਗੁਰ ਅਰਜਨ ਪ੍ਰਤੱਖ ਹਰ ਉੱਥੇ ਦੋਨੇ ਖੜੇ ਹੋ ਕੇ ਸਰੋਵਰ ਚੋਂ ਨਿਕਲ ਕੇ ਮਹਾਰਾਜ ਦੇ ਅੱਗੇ ਕੱਚ ਪੱਲੂ ਪਾ ਕੇ ਆਖਿਆ ਮਹਾਰਾਜ ਆਪ ਜੀ ਦੀ ਬੜੀ ਕਿਰਪਾ ਹੋਈ ਛੇ ਮਹੀਨੇ ਪਹਿਲਾਂ ਆਪ ਜੀ ਤੋਂ ਸਿੱਖੀ ਲਈ ਸੀ ਛਿਆ ਮਹੀਨਿਆਂ ਦੀ ਮਿਹਨਤ ਦੇ ਨਾਲ ਅਸੀਂ ਸੱਚਖੰਡ ਪਹੁੰਚ ਗਏ ਸੀ ਸੱਚਖੰਡ ਮਹਾਰਾਜ ਕਹਿੰਦੇ ਸੱਚਖੰਡ ਵਿੱਚ ਕੌਣ ਸੀ ਸੱਚਖੰਡ ਵਿੱਚ ਕੌਣ ਕਹਿਣ ਲੱਗੇ ਮਹਾਰਾਜ ਉੱਥੇ ਗੁਰੂ ਨਾਨਕ ਸਾਹਿਬ ਸਨ ਫਿਰ ਕਹਿੰਦੇ ਜੀ ਪੁੱਛਦੇ ਕਿ ਉਹ ਤੁਸੀਂ ਵੀ ਤਾਂ ਉੱਥੇ ਹੀ ਸੀ ਤੁਸੀਂ ਵੀ ਪੰਜਵੇਂ ਪਾਤਸ਼ਾਹ ਇੱਧਰ ਧਰਤੀ 'ਤੇ ਖੜ੍ਹੇ ਆ ਮਹਾਰਾਜ ਤੁਸੀਂ ਵੀ ਤਾਂ ਉੱਥੇ ਹੀ ਸੀ ਪੁੱਛਦੇ ਕਿ ਸਤਿਗੁਰ ਕਹਿੰਦੇ ਬਸ ਰਹਿੰਦੇ ਇਹ ਹੁਣ ਕੀ ਖੇਲੇ ਵਿਕਸੇ ਅੰਤਰ ਜਾ ਦੋਵਾਂ ਸਿਰਿਆਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇ ਆਪਾਂ ਨੂੰ ਯਾਦ ਹੋਣਾ ਚਾਹੀਦਾ ਸਾਡਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੌਣ ਹੈ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਲ ਕਲ ਧਰੇ ਸਾਰੀ ਪ੍ਰਿਥਵੀ ਜਿੰਨੀ ਵੀ ਬਨਸਪਤੀ ਹੈ ਠਾਕਰ ਨੇ ਆਪਣੇ ਤਲੀ 'ਤੇ ਲਗਾਈ ਹੋਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਐਸਾ ਗੁਰੂ ਹੋਵੇ ਸਾਡਾ ਅਸੀਂ ਫਿਰ ਵੀ ਇੱਧਰ ਉੱਧਰ ਭੜਕੀਏ ਦਾਤ ਕਿਤੇ ਕਿਸੇ ਹੋਰ ਤੋਂ ਲੈਣ ਵਾਸਤੇ ਮੁਕਤੀ ਕਿਸੇ ਹੋਰ ਤੋਂ ਲੈਣ ਵਾਸਤੇ ਸਾਰਾ ਕੁਝ ਇੱਥੇ ਹੀ ਮਿਲਣਾ ਚਾਹੇ ਦਾਤਾਂ ਲਾਓ ਚਾਹੇ ਖੁਸ਼ੀਆਂ ਚਾਹੇ ਅੰਤ ਮੌਕੇ ਮੁਕਤੀ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਕਰਾਏ ਸੇਵਾ ਕਰਕੇ ਜੋ ਮਰਜ਼ੀ ਪ੍ਰਾਪਤ ਹੋਵੇ ਤਾਂ ਬਗੁਣ ਵੀ ਜਾਏ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਮੈਂ ਉੱਥੇ ਵਿਚਾਰ ਕਰ ਰਿਹਾ ਸੀ ਪੂਰੀ ਪੂਰੀ ਸਿੱਖੀ ਕਮਾ ਕੇ ਇਹਨਾਂ ਸਿੱਖਾਂ ਵਾਂਗੂ ਛੇ ਮਹੀਨੇ ਦੀ ਮਿਹਨਤ ਨਾਲ ਹੀ ਸੱਚਖੰਡ ਪਹੁੰਚ ਜਾਏਗਾ ਉੱਧਰ ਕਿਹਾ ਜਾਂਦਾ ਵੀ ਹਾਂ ਪੂਰਾ ਹੋ ਗਿਆ ਜਿਹੜਾ ਕੰਮ ਕਰਨ ਵਾਲਾ ਸੰਸਾਰ 'ਤੇ ਆਇਆ ਸੀ ਉਹ ਪੂਰਾ ਹੋ ਗਿਆ ਜੇ ਉਹ ਕੰਮ ਹੀ ਅਧੂਰਾ ਰਹਿ ਗਿਆ ਤਾਂ ਪੂਰਾ ਕਾਹਦਾ ਹੋ ਗਿਆ
ਪੂਰਾ ਕਰਨ ਵਾਸਤੇ ਆਇਆ ਕੀ ਪੂਰਾ ਕਰਨਾ ਸੀ ਭਈ ਪ੍ਰਾਪਤ ਤਮਾਮ ਲੁੱਖ ਦੇ ਹਰੀਆ ਗੋਬਿੰਦ ਨੇ ਕਿਹਾ ਤੇਰੀ ਹਰੀਆ ਲੁੱਖਾਂ ਦੇ ਮਿਲੀ ਸੀ ਪਰਮਾਤਮਾ ਨੂੰ ਮਿਲਦੀ ਇਹ ਤਾਂ ਮਿਲ ਗਿਆ ਕਿਉਂ ਤੇ ਜੀ ਅਤੇ ਪੂਰਾ ਹੋ ਗਿਆ ਜੇ ਨਹੀਂ ਮਿਲਿਆ ਗਿਆ ਤਾਂ ਅਧੂਰਾ ਰਹਿ ਗਿਆ ਫਿਰ ਜਨਮ ਲੈਣਾ ਪਏਗਾ ਕਈ ਜਨਮ ਭਾਈ ਕੀ ਪਤੰਗਾ ਕਈ ਜਨਮ ਦਲ ਜੀਵ ਕਰਦਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਵਿਖ ਜੋਇਓ ਮਿਲ ਜਗਦੀ ਸਿਰਨ ਕੀ ਬਈਆ ਚਿਰਨ ਕਾਲੇ ਦੇਸ਼ ਲੈ ਪਤਾ ਨਹੀਂ ਕਿੰਨੇ ਜਨਮ ਲੰਘ ਗਏ ਹੈ ਸਾਨੂੰ ਭੜਕ ਲਿਆ ਨੂੰ ਹੁਣ ਸਾਨੂੰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਮਿਲੀ ਹੈ ਸਿੱਖਾਂ ਦੇ ਘਰੇ ਜਨਮ ਮਿਲਿਆ ਹੈ ਸਿੱਖ ਦਾ ਬਾਣੀ ਗਏ ਹਾਂ ਕਿਉਂਕਿ ਸਿੱਖਾਂ ਦੇ ਘਰੇ ਜਨਮ ਹੈ ਪਰ ਸਿੱਖੀ ਲੈਣੀ ਬਾਕੀ ਹੈ ਮਹਾਰਾਜ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ ਸਿੱਖਾਂ ਨੂੰ ਸਿੱਖੀ ਦਾਨ ਜੇ ਸਿੱਖ ਸਿੱਖ ਸਿੱਖੀ ਹੋਵੇ ਸਿੱਖ ਕੋਲ ਮਹਾਰਾਜ ਨੇ ਇੱਦਾਂ ਨਹੀਂ ਸੀ ਕਹਿੰਦਾ ਆਪਾਂ ਦਾਵੇ ਸਿੱਖ ਸਿੱਖੀ ਮੰਗਦਾ ਇਸ ਵਾਸਤੇ ਹੁਣ ਆਪਾਂ ਸਿੱਖੀ ਮਹਾਰਾਜ ਤੋਂ ਪ੍ਰਾਪਤ ਕਰਨੀ ਹੈ ਖੰਡੇ ਬਾਟਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਸਮਾਂ ਕੱਢ ਕੇ ਦਸਵੰਦ ਢਾਈ ਘੰਟੇ ਸਿਮਰਨ ਜਿਨ੍ਹਾਂ ਦਾ ਦਸਵੰਦ ਕੱਢ ਕੇ ਗੁਰੂ ਘਰੇ ਸੇਵਾ ਰਹਿੰਦੀ ਹੈ ਅਤੇ ਪਾਣੀ ਵਿੱਚ ਉਦੋਂ ਵੀ ਜ਼ਿਆਦਾ ਨੰਦਰਤਾ ਹੈ ਉਹ ਧਰਤੀ ਦੇ ਥੱਲੇ ਪਾਣੀ ਚੱਲੇ ਨਿੱਤ ਨਿਵਾਰਨ ਸਿੱਖਾਂ ਹਮੇਸ਼ਾ ਨੀਵੇਂ ਪਾਸੇ ਚੱਲਦਾ ਸਮੇਂ ਅਨੁਸਾਰ ਨਿਮਰਤਾ ਧਾਰਨ ਕਰਕੇ ਰੱਖਦਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਕਮੀਆਂ ਰਹਿ ਜਾਂਦੀਆਂ ਜ਼ਿੰਦਗੀ ਵਿੱਚ ਇਸ ਵਾਸਤੇ ਅੰਤਮ ਅਰਦਾਸ ਕਰਦੇ ਹਾਂ ਰਲ ਮਿਲ ਕੇ ਮਹਾਰਾਜ ਕਿਰਪਾ ਕਰਦੇ ਸਾਡੀ ਸਤਿਕਾਰਯੋਗ ਸਵਰਗ ਵਾਸੀ ਮਾਤਾ ਗੁਰਮੀਤ ਕੌਰ ਜੋ ਵੀ ਕੋਈ ਭੁੱਲ ਹੋਗੀ ਜ਼ਿੰਦਗੀ ਦੇ ਵਿੱਚ ਬੜਾ ਸੋਹਣਾ ਜੀਵਨ ਹੰਢਾਇਆ ਉਹਨਾਂ ਨੇ ਮੈਂ ਪਹਿਲਾਂ ਵੀ ਸੁਣਿਆ ਕਿ ਆਪਣੇ ਸੁਰਤ ਸੰਭਾਲ ਵਿੱਚ ਜਦੋਂ ਦਾ ਸੰਭਲਿਆ ਮੈਂ ਕਦੇ ਕਿਸੇ ਨਾਲ ਮਾਤਾ ਜੀ ਨੂੰ ਉੱਚੀ ਬੋਲਦਿਆਂ ਨਹੀਂ ਸੁਣਿਆ ਲੜਦਿਆਂ ਨਹੀਂ ਸੁਣਿਆ ਜਦੋਂ ਵੀ ਗਏ ਹੈ ਕੋਈ ਵੀ ਚੀਜ਼ ਦੀ ਜ਼ਰੂਰਤ ਪੈ ਗਈ ਸਾਂਝ ਸੀ ਪਹਿਲੇ ਦਿਨਾਂ ਤੋਂ ਉਦੋਂ ਤੋਂ ਹੀ ਮਾਤਾ ਜੀ ਨੇ ਅੱਗੋਂ ਹੱਸ ਕੇ ਜਿਹੜਾ ਇੱਦਾਂ ਕਹਿ ਦਿੱਤਾ ਜੇ ਆਪ ਗਾਹ ਹੋ ਕੇ ਕੋਈ ਚੀਜ਼ ਨਹੀਂ ਬਣਾਈ ਉਹ ਧਾਰ ਦੇਖ ਲਓ ਇੱਥੇ ਪਈ ਹੋਣੀ ਇਹੋ ਜਿਹੇ ਬਚਨ ਮਾਤਾ ਦਾ ਇਹੋ ਜਿਹਾ ਸੁਭਾਅ ਸਾਰੇ ਪਰਿਵਾਰ ਦਾ ਇਹੋ ਜਿਹਾ ਸੁਭਾਅ ਹੀ ਨਿੱਘਾ ਸੁਭਾਅ ਸਵਰਗਵਾਸੀ ਸਰਦਾਰ ਕਾਰਨ ਸਿੰਘ ਹੁਣਾਂ ਦਾ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਮਿਸਾਲ ਹੈ ਕੋਈ ਕਹਿਣ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਹ ਝੂਠ ਕੋਈ ਨਹੀਂ ਹੈ ਇਸ ਵਿੱਚ ਸਾਰੇ ਨਗਰ ਨੂੰ ਪਤਾ ਹੈ ਇਹ ਪਰਿਵਾਰ ਕਿੰਨੀ ਚੜ੍ਹਦੀ ਕਲਾ ਵਾਲੇ ਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿੰਨੀ ਕਿਰਪਾ ਇਸ ਪਰਿਵਾਰ ਦੇ ਉੱਤੇ ਅਤੇ ਇਹਨ ਇਸੇ ਸਦਕਾ ਇਸ ਨਿਮਰਤਾ ਦਾ ਸਦਕਾ ਪ੍ਰੇਮ ਦੇ ਸਦਕਾ ਇਸ ਪਰਿਵਾਰ ਨੇ ਤਰੱਕੀਆਂ ਕੀਤੀਆਂ ਨੇ ਬਹੁਤ ਮੰਜ਼ਲਾਂ ਵਾਰੀਆਂ ਨੇ ਅਹੁਦੇ ਸਰਪੰਚੀ ਦੇ ਪ੍ਰਧਾਨਗੀ ਦੇ ਅਹੁਦੇ ਬੜੇ ਬੜੇ ਅਹੁਦੇ ਜਿਹੜੇ ਨੇ ਉਹ ਪ੍ਰਾਪਤ ਕੀਤੇ ਨੇ ਇਸ ਪਰਿਵਾਰ ਦਾ ਸੋ ਸਾਡੇ ਮਾਣਯੋਗ ਸਾਬਕਾ MLA ਸਰਦਾਰ ਵਿਰਸਾ ਸਿੰਘ ਜੀ ਬਲਟੋਆ ਸਾਹਿਬ ਉਹਨਾਂ ਨਾਲ ਬੜਾ ਹੀ ਨਿੱਘਾ ਪਿਆਰ ਹੈ ਜੋ ਅਚੇਚੇ ਤੌਰ 'ਤੇ ਪਹੁੰਚੇ ਹੋਏ ਨੇ ਅਰਦਾਸ ਤੋਂ ਬਾਅਦ ਆਪ ਜੀ ਨੂੰ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼ਰਧਾ ਦੇ ਫੁੱਲ ਮਾਤਾ ਜੀ ਨੂੰ ਭੇਟ ਕਰਨੇ ਹੈ ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਸੋ ਆਓ ਇਸ ਵੇਲੇ ਆਨੰਦ ਸਾਹਿਬ ਦਾ ਜਾਪ ਕਰਕੇ ਵਿਛੜੀ ਹੋਈ ਆਤਮਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਵਿਛੜੀ ਹੋਈ ਆਤਮਾ ਨੂੰ ਚਰਨਾਂ 'ਤੇ ਨਿਵਾਸ ਬਖਸ਼ ਕਰਨ ਪਰਿਵਾਰ ਨੂੰ ਪਾਣ ਮਨ ਤਾਕਤ ਬਖਸ਼ ਕਰਨ ਸੋ ਹੋਈਆਂ ਗੁਲਾਮੀ ਮਾਫੀ ਦੇਹੋ ਸੱਜਣਾ ਸਿਸਤੜੀਆਂ ਜੋ ਹੋਵੇ ਸਹਿਲ ਸੁਮੇਲ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਗਾਇਆ ਸਤਿਗੁਰ ਦੰਦ ਆਇਆ ਸਹਿ ਸਿੱਧੀ ਮਨ ਵਜੀਆਂ ਆਵਾਜ਼ ਆਈਆਂ ਰਾਗ ਰਤਨ ਪਰਿਵਾਰ ਕਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਮਨ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਾਉਣੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੀ ਸਹਿ ਜਿਸੇ ਸੋ ਕਾਲ ਸਦਾ ਸਲਾਹ ਤੇਰੀ ਨਾਮ ਮਨ ਵਸਾਲ ਨਾਮ ਦਿਨ ਕਹਿ ਮਨ ਵਸਿਆ ਵਾਜੇ ਸਤ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਦੁੱਖਾਂ ਸਭ ਤੋਂ ਸ਼ਬਦ ਕਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਜਕਾਰ ਸੁਭਾਗ ਹੈ ਘਰ ਸੁਭਾਗ ਹੈ ਸਭ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਤੂੰ ਤਦਵਾਸ ਕੀਤੇ ਕਾਲ ਕੰਤ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਕਹੇ ਸੁਖ ਹੋਆ ਜਿਤ ਕਾਰ ਅਨੰਦ ਰਾਜੇ ਅਨੰਦ ਸੁਣਾਉ ਵਡ ਤਾਗਿਓ
ਗੁਰ ਰਹਿਆ ਕਰ ਦੂਰ ਜਨਵੰਤ ਨਾਨਕ ਗੁਰ ਕਰਨ ਲਾਗੇ ਵਾਜ ਅਨੰਦ ਦੂਰ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਸਰਦ ਮਹਤ ਜਿਸ ਰਾਤ ਤੁਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਗੁਰ ਆਈਆਂ ਵਾਜ ਧਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸ਼ਕਤ ਕਾਲ ਨਾਨਕ ਦੇ ਮੁਖੀ ਜਲ ਖੇਤੀ ਸੁਤੀ ਨਾਮ ਜਿਨੀ ਨਾਮ ਧਿਆਇਆ ਗਏ ਸ਼ਕਤ ਕਾਲ ਨਾਨਕ ਦੇ ਮੁਖੀ ਜਲ ਖੇਤੀ ਸੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਤੋਂ ਸਮਰੱਥ ਅਕਾਥਿਆ ਗੁਰਚਰ ਜੀਉ ਬਿਨਤੀ ਰਾਸ, ਰਹਿਣ ਦੇ ਸੁਖ ਪਾਇਆ ਸਦਾ ਨਾਨਕ ਜੀ ਅਰਦਾਸ। ਅਰਦਾਸ ਬੇਨਤੀ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰਸੀ ਭਗਵਤੀ ਜੀ ਕੀ ਬਾਦਸ਼ਾਹੀ ਦਰਸ਼ਨ, ਪ੍ਰੇਤਾਂ ਭਗਵਤੀ ਸਿੰਘ ਗੁਰੂ ਨਾਨਕ ਜੀ ਕੇ ਆਏ, ਫਿਰ ਅੰਗਦ ਕੇ ਅਮਰਦਾਸ ਰਾਮਦਾਸੇ ਹੋਣਾ ਜੀ ਸਹਾਇ। ਹਰਜਨ ਹਰ ਗੋਬਿੰਦਨ ਸਿਮਰਾ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਕੇ ਆਈਐ ਜਿਸ ਦਿੱਥੇ ਸਭ ਦੁੱਖ ਜਾਏ। ਏਕ ਬਹਾਦਰ ਸਿਮਰੀਐ ਘਰ ਨਾਉ ਨਿਧਿਆਏ, ਧਾਰੇ ਸਭ ਥਾਈ ਹੋਣਾ ਜੀ ਸਹਾਇ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਣਾ ਜੀ ਸੁਹਾਰ। ਦਸਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਿਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲ ਜੀ ਵਾਹਿਗੁਰੂ। ਵਾਹੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪਿਆ, ਵੰਡ ਕੇ ਛਕਿਆ ਦੇਖ ਚਲਾਈ ਦੇ ਗਵਾਹੀ, ਦੇਖ ਸੁਣ ਕੇ ਅਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ, ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਗੀਤਾ ਸਿਸ ਦਿੱਤੇ ਬੰਦ ਕਣਕ ਟਵਾਏ, ਪੁੱਠੀਆਂ ਖਲਾ ਲੁਹਾਈਆਂ ਚਰਕਣੀਆਂ ਤੇ ਤੜੇ ਤਨ ਹਾਰਿਆਂ ਨਾ ਚਲਾਏ ਗਏ। ਗੁਰਦੁਆਰਿਆਂ ਦੀ ਸਿਵਾਰੀ ਗੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕਿਸਾਨ ਸਵਾਸਨ ਸੰਗਤ ਬਹਾਈ, ਇਹਨਾਂ ਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਖਾਲਸੇ ਜੀ ਕੇ ਬੋਲ ਬਾਣੇ ਬੋਲ ਜੀ ਵਾਹਿਗੁਰੂ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਗਾਇਕ ਦਾਨ, ਅਭੇਕ ਦਾਨ, ਭਰੋਸਾ ਦਾਨ, ਦਾਨਾ ਸ੍ਰੀ ਨਾਮ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗ ਜੁਗੇ ਅਟਲ, ਧਰਮ ਕਾਜ ਕਾਲੋ ਹੈ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਹੱਥ ਰਾਖਾ, ਆਯੁਗ ਅਗੇ ਹੋਰਾ ਗੁਰਦੁਆਰੇ ਮਿਲਦਾ ਤੋਂ ਪੰਥ ਜੀ ਨੂੰ ਬਸ਼ਕੇ ਆ ਗਿਆ, ਖੁੱਲੇ ਦਰਸ਼ਨ ਸੇਵਾ ਸੰਘਾਰ ਦਾ ਦਾਨ, ਆਪ ਜੀ ਆਪਣੇ ਪਿਆਰੀ ਖਾਲਸਾ ਜੀ ਨੂੰ ਬਖਸ਼ ਹੇ ਨਿਮਾਨਿਆ ਬੇਮਾਨ ਨਿਤਾਣਿਆ ਨਿਤਾਨ ਆਸਰਿਆਂ ਨੂੰ ਆਸਰਾ ਦੇਣ ਵਾਲੇ, ਧੰਨ
ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਭਗਤੀ ਦੇ ਗੁਰਜ ਦਾਤਾ ਕਾਲਾ ਨਾਥ ਜੀ ਮਹਾਰਾਜ, ਧੰਨ ਧੰਨ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਗੜੀ ਪ੍ਰਾਰਥਨਾ ਕੀਤੀ ਜਾਂਦੀ ਹੈ। ਸ਼ਮਸ਼ਾਦੀ ਆਪ ਜੀ ਦਾ ਪਵਿੱਤਰ ਮੁੱਖ ਵਾਕ ਹੈ, ਦਾਨਾ ਦਾਵ ਨਾ ਤੋਰੈ, ਰੰਗ ਨ ਤੁੰਗਾ ਪਤੀਰ, ਵਾਰੀ ਆਪ ਆਪਣੀ ਤੋਰੇ ਨਾ ਬੰਦਾ ਕੀਰ, ਜਿਹਾ ਜੀ ਲਿਖਿਆ ਜਿਹਾ ਹੁਕਮ ਕਮਾਏ, ਭੱਜੇ ਆਵੇ ਨਾਨਕਾ ਸਜੇ ਉੱਚੀ ਜਾਏ ਦੇ ਮਹਾਂ ਵਾਕਾਂ ਅਨੁਸਾਰ। ਆਪ ਜੀ ਦੇ ਦਰ ਕਰਕੇ ਪੀਤਵਾਨ ਮਾਤਾ ਗੁਰਮੀਤ ਕੌਰ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਹੁਕਮ ਲਾ ਕੇ ਮਾਤ ਲੋਕ ਦੀ ਯਾਤਰਾ ਕਰਨ ਵਾਸਤੇ ਆਏ ਸੀ। ਸੋ ਆਪ ਜੀ ਦਾ ਹੁਕਮ ਲਾ ਕੇ ਮਾਤ ਲੋਕ ਦੀ ਯਾਤਰਾ ਕਰਕੇ ਹੋਵੇ, ਪਰ ਲੋਕ ਤੋਂ ਬੰਧਨ ਕਰਕੇ ਹਨ, ਉਹਨਾਂ ਦੀ ਰੂਹ ਦੀ ਕਲਿਆਣ ਦਾਦੇ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਲੋ ਅੰਮ੍ਰਿਤ ਵੇਲੇ ਆਪਣੇ ਗ੍ਰਹਿ ਵਿਖੇ ਧੁਰਕੀ ਬਾਣੀ ਆਈ ਸਰਲੇ ਸਿੰਘ ਮਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਬਹੁਤ ਗਵਾਏ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੰਤ ਧੰਨ ਧੰਨ ਧਰਤੀ ਦੇ ਗੁੰਦ ਬਾਬਾ ਕਾਲਾ ਮਾਲ ਜੀ ਦੇ ਪਵਿੱਤਰ ਅਸਥਾਨਾਂ ਦੇ ਉਹਨਾਂ ਦੀ ਰੂਹ ਦੀ ਕਰਿਆਨ ਦਾਦੇ ਵਾਸਤੇ ਰਾਗੀਆਂ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ, ਮੁਖਾ ਵਿਚਾਰਾਂ ਕੀਤੀਆਂ ਗਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਆਗਾਧ ਰੋਜ ਗੁਰਬਾਣੀ ਗਾਇਨ ਕਰਦੇ ਹਾਂ, ਅੱਖਰ ਵਾਧਾ ਘਾਟਾ ਬਹੁਤਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਖੇ ਨਿਵਾਸ ਬਖਸ਼ਿਸ਼ ਕਰਨਾ, ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਰਬੂਤੀ ਬਖਸ਼ਿਸ਼ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਮਾਪਤੀ ਦੀ ਅਰਦਾਸ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਨਿਵਾਰਨ ਪਵਿੱਤਰ ਦਰਸ਼ਨ ਪਰਸੀਏ ਗੁਰੂ ਕੈ
ਜਦੋਂ ਜਾਏ ਸੱਚਾ ਸੱਚਾ ਪਾਤਸ਼ਾਹ ਸਰਸਾਂ ਦੇ ਸਾਹੋ ਇਸ ਪਾਸ ਬੈਠਿਆ ਸੋਹੀ ਜੈ ਸਭਨਾ ਦਾ ਸਾਹੋ ਸਤਨਾਮ ਸ੍ਰੀ ਸਰਬ ਸੁਖਦਾ ਜਾਂ ਕੇ ਵਾਸ ਹੈ ਕਾਮ ਦੇਣਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੈ ਤਾਂ ਸਰਬ ਸੁਖ ਪਾਵੇ ਮੇਰੇ ਮਨ ਇੱਛਾ ਪੂਰਕ ਸਰਬ ਸੁਖ ਦਾਤਾ ਜਾਂ ਕੇ ਵਾਸ ਹੈ ਕਾਮ ਦੇਣਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੈ ਤਾਂ ਸਰਬ ਸੁਖ ਪਾਵੇ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਤ ਪਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਹਰ ਸਿਮਰਨ ਧਿਆ ਕਪ ਪਾਤ ਕਤ ਗਿਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਦ ਦੇਨੀ ਜਪ ਹਰ ਭਵ ਜਲ ਤਰਨਾ ਜਹਰ ਸਿਮਰਨ ਭਇਆ ਤਾਂ ਉਪਾਤ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਦ ਦੇਨੀ ਜਪ ਹਰ ਭਵ ਜਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਦਰਿਆਵੇ ਕੰਨੇ ਮਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸੰਤ ਸੋ ਗਾਲੇ ਰੱਬ ਗਿਆ। ਸੋ ਸਾਡੇ ਸਰਕਾਰ ਯੋਗ ਮਾਤਾ ਸਵਰਗ ਵਾਸੀ ਮਾਤਾ ਗੁਰਮੀਤ ਕੌਰ ਧਰਮ ਸਪਤਨੀ ਸਵਰਗਵਾਸੀ ਸਰਦਾਰ ਕਾਰਜ ਸਿੰਘ ਸਤਿਕਾਰਯੋਗ ਮਾਤਾ ਜੀ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਨਿਰਮਾਣ ਭਾਈ ਰਾਮ ਸਿੰਘ ਜੀ ਮਾਤਾ ਜੀ ਪਚਨ ਫੇਰ ਗਏ ਕਿਉਂਕਿ ਬਹੁਤ ਨਰਵਾ ਸਰੀਰ ਸੀ ਮਾਤਾ ਜੀ ਦਾ ਬੜੀ ਕਿਰਪਾ ਸੀ। ਸੋ ਇੱਦਾਂ ਲੱਗਦਾ ਨਹੀਂ ਸੀ ਜਿੰਨੀ ਉਹਨਾਂ ਦੀ ਉਮਰ ਸੀ ਉਸ ਹਿਸਾਬ ਦੇ ਨਾਲ ਜਿਹੜਾ ਸਰੀਰ ਦਿੱਤੇ ਉਹਨਾਂ ਦਾ ਬੜੇਪਾ ਸੀ ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ੁਰ ਦਾ ਜੋ ਭਾਣਾ ਹੁੰਦਾ ਉਸ ਭਾਣੇ ਅਨੁਸਾਰ ਹਰੇਕ ਜੀਵ ਨੂੰ ਇਸ ਦੁਨੀਆਂ ਤੋਂ ਵਿਦਾ ਹੋਣਾ ਪੈਂਦਾ ਹੈ। ਜੋ ਉਪਜਿਓ ਸੋ ਦਿਨ ਸਹਿ ਪਰ ਉਹ ਆਦਿ ਕੇ ਕਾਰ ਜੋ ਵੀ ਜੀਵ ਇਸ ਧਰਤੀ 'ਤੇ ਆਉਂਦਾ ਹੈ ਆਪਣੇ ਸਮੇਂ ਅਨੁਸਾਰ ਉਸ ਨੂੰ ਜਾਣਾ ਪੈਂਦਾ। ਸੋ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਿੱਥੇ ਆਪਾਂ ਸਾਰੇ ਸਭ ਸੰਬੰਧੀ ਰਿਸ਼ਤੇਦਾਰ ਇਕੱਤਰ ਹੋਏ ਹਾਂ ਸਾਡਾ ਬਹੁਤ ਹੀ ਸਤਿਕਾਰਯੋਗ ਪਰਿਵਾਰ ਜੋ ਮਾੜੀ ਜੋੜ ਸਿੰਘ ਤੋਂ ਸਰਦਾਰ ਅਵਤਾਰ ਸਿੰਘ ਹੋਣੀ ਸਮੁੱਚਾ ਪਰਿਵਾਰ ਜਿਨ੍ਹਾਂ ਦੇ ਨਾਲ ਦਾਸ ਦਾ ਬੜਾ ਪਿਆਰ ਹੈ ਸੋ ਸਾਰਾ ਪਰਿਵਾਰ ਪਹੁੰਚੇ ਸਬੰਧ ਰਿਸ਼ਤੇਦਾਰ ਪਹੁੰਚੇ ਹੋ ਉੱਥੇ ਨਾਲ ਦੀ ਨਾਲ ਸੋ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਪ੍ਰਧਾਨ ਸਾਹਿਬ ਪਹੁੰਚੇ ਨੇ ਸਰਦਾਰ ਵਿਰਸਾ ਸਿੰਘ ਜੀ ਬਲਟੋਆ ਸਾਹਿਬ ਪਹੁੰਚੇ ਨੇ। ਸੋ ਆਪ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਹਨਾਂ ਦੋਵਾਂ ਹੀ ਮਹਾਨ ਸ਼ਖਸੀਅਤਾਂ ਨੇ ਆਪ ਜੀ ਦੇ ਸਨਮੁੱਖ ਹੋਣਾ
उस तो पहला मैं बेनती करा जो पगड़ी रस्म है सो वो की जाएगी सो महाराज की हजूरी में सो भाई साहब न भाई राम सिंह बेनती है महाराज की हजूरी में आवे सो नाल ही मैं बेनती करा भाई जगजीत सिंह जी प्रधान साहब क्योंकि समा अगे बहुत हो गया है दास दिते हुए समय तो कुछ समा उत्ते ही लग गया इस वास्ते मैं ज़्यादा समा लिता हो प्रधान साहब में बेनती करा आप जी को सो पांच मिनट वास्ते श्रद्धा जी बोल मिल करे वाहगुरु जी का खालसा वाहगुरु जी की फतह ਪਿਆਰੇ ਖਾਲਸਾ ਸਾਹਿਬ ਸੰਗਤ ਜੀ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹੀ ਰਿਸ਼ਤੇਦਾਰ ਸਾਥ ਪਰਦੇ ਭੈਣ ਭਰਾ ਜੋ ਵੀ ਸੱਜਣ ਮਿੱਤਰ ਅੱਜ ਇਕੱਠੇ ਹੋਏ ਆ ਭੈਣ ਗੁਰਬੀਰ ਕੌਰ ਜੀ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਸਾਨੂੰ ਅਚਾਨਕ ਸਰੀਰੀ ਵਿਛੋੜਾ ਦੇ ਗਏ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਹਾਂ ਮਾਤਾ ਜੀ ਦਾ ਸੁਭਾਅ ਬੜਾ ਭਾਈ ਜੀ ਦਾ ਬਹੁਤ ਵਧੀਆ ਸੀ ਔਰ ਗੁਰਬਾਣੀ ਦਾ ਆਵਾਜ਼ ਹੈ ਮਰਨ ਲਿਖਾਵੇ ਮੰਡਲ ਦੇ ਆਵੇ ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਉਂਦਾ ਹੈ ਉਹ ਆਪਣਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਹੈ ਇਸ ਕਰਕੇ ਜੋ ਵੀ ਆਪਾਂ ਇਸ ਸੰਸਾਰ ਵਿੱਚ ਆਉਂਦੇ ਹਾਂ ਇਹ ਇੱਕ ਸਰਾਂ ਦੀ ਰੂਪੀ ਸਾਡੀ ਜ਼ਿੰਦਗੀ ਆ ਸਰਾਂ ਵਿੱਚ ਰਹਿਣ ਵਾਸਤੇ ਆਉਂਦੇ ਹਾਂ ਸਾਰਿਆਂ ਨੇ ਆਪੋ ਆਪਣੀ ਵਾਰੀ ਦੇ ਨਾਲ ਇੱਥੋਂ ਜਾਣਾ ਹੀ ਹੁੰਦਾ ਹੈ ਔਰ ਬਹਿਰਵਾਲ ਪਰਿਵਾਰ ਦਾ ਜੋ ਸਾਡੇ ਵੱਡਿਆਂ ਦੇ ਨਾਲ ਉਸ ਟਾਈਮ 'ਤੇ ਬੜਾ ਵੱਡਾ ਪਿਆਰ ਸੀਗਾ ਸਾਡਾ ਵੀ ਪਿੰਡ ਉੱਥੇ ਰਿਹਾ ਨਾਲ ਮਹਬੂਬਪੁਰਾ ਔਰ ਇੱਧਰੋਂ ਮੈਂ ਸਮਝਦਾ ਅਨੁਸਾਰ ਬੰਤਾ ਸਿੰਘ ਜੀ ਚਾਚਾ ਜੀ ਉਹਨਾਂ ਦੀ ਜ਼ਮੀਨ ਉਰਲੇ ਪਾਸੇ ਖਾਲ ਦੇ ਹੁੰਦੀ ਸੀ ਪਰਲੇ ਪਾਸੇ ਸਾਡੀ ਹੁੰਦੀ ਸੀ ਸਮੇਂ ਦੇ ਨਾਲ ਪਰਿਵਾਰਾਂ 'ਚ ਵੰਡਣ ਕਰਕੇ ਅਸੀਂ ਵੀ ਉੱਥੋਂ ਥੋੜ੍ਹਾ ਜਿਹਾ ਅੰਮ੍ਰਿਤ ਹੁਕਮ ਹੋ ਗਏ ਔਰ ਥੋੜ੍ਹਾ ਜਿਹਾ ਵਿੱਚ ਪੈ ਗਈ ਪਰ ਅੱਜ ਤੱਕ ਜੋ ਸਾਡੇ ਵੱਡਿਆਂ ਦਾ ਸਾਂਝ ਪਿਆਰ ਪੁਰਿਆ ਆਉਂਦਾ ਹੈ ਉਸੇ ਹੀ ਤਰ੍ਹਾਂ ਅਸੀਂ ਉਦੋਂ ਵੀ ਵੱਧ ਇੱਕ ਦੂਜੇ ਨੂੰ ਮਿਲਦੇ ਚਲਦੇ ਹਾਂ ਆਉਂਦੇ ਜਾਂਦੇ ਹਾਂ ਦੁੱਖ ਸਾਥੀ ਹੁੰਦੇ ਹਾਂ ਇਸ ਕਰਕੇ ਪੁਰਾਣੀਆਂ ਸਾਂਝਾਂ ਜਿਹੜੀਆਂ ਉਹ ਬਿਲਕੁਲ ਛੱਡਣੀਆਂ ਨਹੀਂ ਚਾਹੀਦੀਆਂ ਇਹ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਹੀ ਜਾਣ ਤਾਂ ਬਹੁਤ ਵਧੀਆ ਹੁੰਦਾ ਹੈ ਨਵੇਂ ਯਾਰ ਥੋੜ੍ਹੇ ਦਿਨ ਹੀ ਰਹਿੰਦੇ ਆ ਪੁਰਾਣੇ ਜਿਹੜੇ ਸੱਜਣ ਮਿੱਤਰ ਰਿਸ਼ਤੇਦਾਰ ਪੁਰਾਣੀਆਂ ਸਾਂਝਾਂ ਨੇ ਅਤੇ ਬੜਾ ਲੰਮਾ ਸਮਾਂ ਨਿਕਲ ਜਾਂਦੀਆਂ ਨੇ ਗੁਰਬਾਣੀ ਦਾ ਆਵਾਜ਼ ਹੈ ਰਾਣਾ ਰਾਓ ਨਾ ਕੋਈ ਰਹੇ ਰੰਗ ਨਾ ਕੋ ਤਸਵੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਬਾਂਹ ਵਾਟਾਂ ਅਨੁਸਾਰ ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਇਆ ਹੈ ਉਹਨੇ ਜੋ ਵੀ ਰਾਣੇ ਮਹਾਰਾਜੇ ਸਾਡੇ ਗੁਰੂ ਪੀਰ ਦੀ ਰਿਸ਼ੀ ਬੁਨੀ ਪੀਰ ਪਟੰਬਰ ਗੁਰੂ ਮਹਾਰਾਜ ਇਸ ਸੰਸਾਰ ਵਿੱਚ ਆਏ ਆ ਉਹਨਾਂ ਨੇ ਵੀ ਆਪਣੀ ਵਾਰੀ ਦੇ ਨਾਲ ਸਾਰਿਆਂ ਨੂੰ ਇੱਥੋਂ ਜਾਣਾ ਹੀ ਪਿਆ ਔਰ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਵੀ ਭੈਣ ਗੁਰਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਡਾ ਸੰਬੰਧੀਆਂ ਨੂੰ ਭੈਣਾਂ ਭਰਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਅਰਦਾਸ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਸੋ ਮੈਂ ਬੇਨਤੀ ਕਰਾਂ ਮਾਨਯੋਗ ਸਾਬਕਾ MLA ਹਲਕਾ ਪ੍ਰੇਮ ਕਰਮ ਤੋਂ ਸਰਦਾਰ ਜੱਸਾ ਸਿੰਘ ਜੀ ਗਲਟੋਆ ਸਾਹਿਬ ਸੋ ਆਪ ਜੀ ਨੂੰ ਸੋ 5 ਮਿੰਟ ਵਾਸਤੇ ਮਾਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ ਸਰਦਾਰ ਜੱਸਾ ਸਿੰਘ ਜੀ ਗਲਟੋਆ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਵਿੱਤਰ ਅਤੇ ਪਾਵਨ ਹਜ਼ੂਰੀ ਅੰਦਰ ਸਤਿਕਾਰਯੋਗ ਬੀਬੀ ਗੁਰਮੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਉੱਤੇ ਬੜੇ ਰਿਸ਼ਤੇ ਨੇ ਹਰ ਰਿਸ਼ਤਾ ਹੀ ਬੜਾ ਅਹਿਮ ਹੈ ਪਰ ਜੇ ਦੁਨੀਆਂ ਦੇ ਸਭ ਤੋਂ ਉੱਤਮ ਅਤੇ ਪਵਿੱਤਰ ਰਿਸ਼ਤੇ ਦੀ ਗੱਲ ਕਰਨੀ ਹੋਵੇ ਉਹ ਮਾਂ ਦਾ ਰਿਸ਼ਤਾ
ਉਹ ਮਾਂ ਜਿਹੜੀ ਮਨੁੱਖ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਚੱਲਣਾ ਸਿਖਾਉਂਦੀ ਹੈ, ਦੁਨੀਆ ਵਿੱਚ ਵਿਚਰਨਾ ਸਿਖਾਉਂਦੀ ਹੈ। ਔਰ ਉਹ ਮਾਂ ਜਿਹੜੀ ਹਮੇਸ਼ਾ ਹੀ ਆਪਣੇ ਤੋਂ ਵੱਧ ਆਪਣੇ ਬੱਚਿਆਂ ਦਾ ਭਲਾ ਮੰਗਦੀ ਹੈ, ਸੁੱਖ ਮੰਗਦੀ ਹੈ, ਖੁਸ਼ੀ ਮੰਗਦੀ ਹੈ, ਚੜ੍ਹਦੀ ਕਲਾ ਮੰਗਦੀ ਹੈ। ਔਰ ਮਾਂ ਦਾ ਪਿਆਰ, ਮਾਂ ਦੀ ਗਲਵੱਕੜੀ, ਮਾਂ ਦਾ ਕੰਡ ਦੇ ਉੱਤੇ ਥਾਪੜਾ ਜਿਹੜਾ ਹੈ, ਇੱਕ ਬਹੁਤ ਵੱਡੀ ਸ਼ਕਤੀ ਹੁੰਦਾ ਮਨੁੱਖ ਵਾਸਤੇ। ਅਤੇ ਜਦੋਂ ਮਾਵਾਂ ਵਿਛੜ ਜਾਂਦੀਆਂ ਨੇ ਉਦੋਂ ਬਹੁਤ ਵੱਡੀ ਘਾਟ ਹੁੰਦੀ, ਬਹੁਤ ਵੱਡਾ ਦੁੱਖ ਹੁੰਦਾ ਜਿਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਵੀ ਇਸ ਪਰਿਵਾਰ ਨੂੰ, ਬੈਠ ਵਾਲ ਪਰਿਵਾਰ ਨੂੰ ਸਤਿਕਾਰਯੋਗ ਮਾਤਾ ਜੀ ਦੇ ਤੁਰ ਜਾਣ ਦੇ ਨਾਲ, ਵੀਰ ਰਾਮ ਸਿੰਘ ਹੋਰਾਂ ਨੂੰ, ਭਗਵਾਨ ਸਿੰਘ ਹੋਰਾਂ ਨੂੰ, ਸਮੁੱਚੇ ਪਰਿਵਾਰ ਨੂੰ ਅੱਜ ਬਹੁਤ ਵੱਡੀ ਘਾਟ ਆਈ। ਕੀਤਾ ਕੁਛ ਨਹੀਂ ਜਾ ਸਕਦਾ, ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ, ਉਹਨੂੰ ਸਵੀਕਾਰ ਕਰਨਾ ਸਿੱਖ ਦਾ ਫਰਜ਼ ਬਣਦਾ। ਇਹ ਪਰਿਵਾਰ ਜਿਹਦੇ ਨਾਲ ਆਪਾਂ ਸਾਰੇ ਸਾਂਝ ਰੱਖਣ ਵਾਲੇ ਬੈਠੇ, ਔਰ ਸਤਿਕਾਰਯੋਗ ਮਾਤਾ ਜੀ ਜਿਹਨਾਂ ਨੇ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਰਹਿ ਕੇ ਜ਼ਿੰਦਗੀ ਗੁਜ਼ਾਰੀ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ, ਚੰਗੇ ਸੰਸਕਾਰ ਦਿੱਤੇ, ਚੰਗੀ ਸੇਧ ਦਿੱਤੀ, ਚੰਗੀ ਅਗਵਾਈ ਦਿੱਤੀ, ਇਲਾਕੇ ਦੀਆਂ ਅਤੇ ਨਗਰ ਦੀਆਂ ਬਹੁਤ ਵੱਡੀਆਂ ਇਸ ਪਰਿਵਾਰ ਨੇ ਕੀਤੀਆਂ। ਸੋ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਕਰਦਾ ਕਿ ਸਤਿਗੁਰੂ ਰਹਿਮਤ ਕਰਨੀ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਿੱਛੇ ਸਾਰੇ ਪਰਿਵਾਰ ਨੂੰ ਸਦਮੇ ਨੂੰ ਜੈਨ ਦੀ ਸਹਿਣ ਦੀ ਸਮਰੱਥਾ ਅਤੇ ਸ਼ਕਤੀ ਪ੍ਰਦਾਨ ਕਰਦੇ। ਸੋ ਇਹਨਾਂ ਸ਼ਬਦਾਂ ਨਾਲ ਹੀ ਉਸ ਵਿਛੜੀ ਹੋਈ ਰੂਹ ਨੂੰ ਦਿਲ ਦੀਆਂ ਗਹਿਰਾਈਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਕਿਮਾ ਦਾ ਜਾਚਕਾ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਵਿਰਸਾ ਸਿੰਘ ਜੀ ਬਟੋਆ, ਸਾਬਕਾ MLA ਹਲਕਾ ਸਿੰਘਧਰਮ ਤੋਂ, ਜਿਨ੍ਹਾਂ ਨੇ ਆਪ ਜੀ ਨੂੰ ਇਸ ਪਰਿਵਾਰ ਦੇ ਸੋ ਅਹੁਦਿਆਂ ਦੇ ਬਾਰੇ ਅਤੇ ਮਾਤਾ ਜੀ ਦੇ ਜੀਵਨ ਬਾਰੇ ਚਾਨਣਾ ਪਾ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸ ਪਰਿਵਾਰ ਵੱਲੋਂ, ਸਮੁੱਚੀ ਸਾਧ ਸੰਗਤ ਵੱਲੋਂ। ਸੋ ਹੁਣ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂ, ਆਪ ਸਭਾ ਸਾਧ ਸੰਗਤ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ, ਸਰਬੱਤ ਨੂੰ ਜੀ ਆਇਆ ਨੂੰ ਸਰਦਾਤਾ ਗੁਰਦਾਨ ਕੋਟ ਧੰਨਵਾਦ ਹੈ। ਜਲ ਪਾਣੀ ਤਿਆਰ ਹੈ, ਪ੍ਰਸ਼ਾਦਾ ਲੰਗਰ ਸਭ ਨੇ ਛੱਕ ਕੇ ਜਾਣਾ ਜੀ, ਕਿਸੇ ਨੇ ਲੰਗਰ ਛੱਕ ਤੋਂ ਬਗੈਰ ਗਿਆਨ ਦੀ ਕਿਰਤਨ ਨਹੀਂ ਕਰਨ ਲਈ ਸਰਦਾਤਾ ਗੁਰਦਾਨ ਕੋਟ ਧੰਨਵਾਦ। ਹੁਣ ਤਰਾ ਪ੍ਰਸ਼ਾਦੀ ਦੇਵ ਵਰਤਾਈ ਜਾ ਰਹੀ ਹੈ, ਉਹਨਾਂ ਚਿਰ ਸਿਮਰਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਹਾਂ ਹੁਣ ਹੀ ਬਣਾਓ।